Hindujas, kai hor othe industrial houses of us, like for instance Sun Pharma, oh sare ore auna chahunde ne, and already ਉਹਨਾਂ ਨੇ ਆਪਣੇ ਬੰਦਿਆਂ ਨੂੰ ਉਰੇ ਭੇਜਣ ਦਾ ਫੈਸਲਾ ਕੀਤਾ ਹੋਇਆ। ਸੋ ਕਿਹੜੀ ਇਟ ਇਜ਼ ਅੰਬਾਨੀ ਜੀ ਵਿਜ਼ ਸੈਂਡਿੰਗ 13 ਮੈਂਬਰੀ ਕਮੇਟੀ ਜਿਹੜੀ ਸਾਡੇ ਬੰਦਿਆਂ ਨਾਲ ਬਹਿ ਕੇ ਉਹ ਡਿਸਾਈਡ ਕਰਨਗੇ ਕਿ ਕਿਹੜਾ ਉਹਨਾਂ ਹਰ ਪ੍ਰੋਡਕਟ ਦੇ ਵਿੱਚ ਇਨਵੋਲਵ ਨੇ, ਕਿਤੇ ਮਦਰਾਸ ਇਨਵੋਲਵ ਨੇ, ਕਿਤੇ ਕੇਰਲਾ ਇਨਵੋਲਵ ਨੇ, ਕਿਤੇ ਬੰਬੇ, ਕਿਤੇ ਕਿਤੇ, ਸੋ ਕਿ ਪੰਜਾਬ ਦੇ ਵਿੱਚ ਕੀ ਲੱਗ ਸਕਦਾ। ਦੇ ਆਰ ਆਲਰੇਡੀ ਹੇਅਰ। 4G ਦਾ ਪ੍ਰੋਜੈਕਟ ਤਾਂ ਉਹਨਾਂ ਦਾ ਪੂਰੇ ਪੰਜਾਬ 7,000 ਕਰੋੜ ਇਹਨਾਂ ਲਾ ਚੁੱਕੇ ਨੇ ਇਹਦੇ 4G 'ਚ, ਬਟ ਇਹ ਵੀ ਵਾਂਟ ਸਮ ਅਦਰ ਇੰਡਸਟਰੀ ਟੂ ਕਮ, ਔਰ ਉਸ ਇੰਡਸਟਰੀ ਨੂੰ ਦੇਖਣ ਵਾਸਤੇ ਉਹ ਆਪਣੇ ਕਮੇਟੀ ਪੀ ਆਰ ਇਹ ਤੋਂ ਜੋ ਤੁਸੀਂ ਲਿਖਿਆ 3 ਕਰੋੜ ਉਹੀ ਮੈਂ ਪੜ੍ਹਿਆ। ਕਿਹੜੇ ਨੋ ਦਿਸ ਇਜ਼ ਅ ਲਾਅ ਐਂਡ ਆਰਡਰ ਪ੍ਰੋਬਲਮ, ਇਹ ਤਾਂ ਹੁਣ ਲਾਅ ਐਂਡ ਆਰਡਰ ਅਸੀਂ ਬੰਦ ਕੀਤੇ, ਵੀ ਹੈਵ ਨਾਟ ਕਲੋਜ਼ਡ। ਕਿਸ ਚੀਜ਼ ਨਾਲ? ਦੇਖੋ ਗੱਲ ਸੁਣੋ, ਦੇਰ ਇਜ਼ ਇਸ ਵੇਲੇ ਕਾਨੂੰਨ ਹੈ ਆਫ ਦ ਗ੍ਰੀਨ ਟ੍ਰਾਈਬਿਊਨਲ, ਉਹ ਕਾਨੂੰਨ ਚੀਫ ਮਿਨਿਸਟਰ 'ਤੇ ਵੀ ਲਾਗੂ ਹੈ ਔਰ ਗਰੀਬ ਤੋਂ ਗਰੀਬ ਕਿਸਾਨ 'ਤੇ ਵੀ ਲਾਗੂ ਹੈ, ਲੇਕਿਨ ਸੋ ਦੇਅਰਫੋਰ ਵੀ ਹੈਵ ਟੂ ਅਬਾਈਡ ਬਾਈ ਇਟ। ਇਹਦੇ ਇਲਾਵਾ ਮੈਂ ਇਹਦੇ ਬਿਲਕੁਲ ਕਿਸਾਨਾਂ ਦੇ ਨਾਲ ਮੇਰੀ ਹਮਦਰਦੀ ਹੈ, ਮੈਂ ਸਮਝਦਾ ਦਿਸ ਇਜ਼ ਵੈਰੀ ਰੋਂਗ। ਜਦੋਂ ਤਾਈਂ ਤੁਸੀਂ ਸਵਾਮੀਨਾਥਨ ਰਿਪੋਰਟ ਇਨ ਟੋਟੋ ਨਹੀਂ ਐਕਸੈਪਟ ਕਰਦੇ ਜਾਂ ਇੱਕ ਕੰਪਨਸੇਟਰੀ ਅਲਾਊਂਸ ਨਹੀਂ ਦਿੰਦੇ ਜਿਹਦੇ ਨਾਲ ਇੱਕ ਫੇਰਾ ਕੱਢ ਕੇ ਉਹਨੂੰ ਪੱਟ ਸਕਣ, ਦੇਰ ਇਜ਼ ਨੋ ਵੇ ਦੈਟ ਦ ਕਿਸਾਨ ਕੈਨ ਸਟੋਪ ਇਟ। ਨੰਬਰ 1 ਹੈ, ਆਹ ਦੇਖ ਲਓ ਧੂਆਂ ਕਿੰਨਾ ਚੜਿਆ ਹੋਇਆ ਇੱਥੇ, ਲੇਕਿਨ ਦਿਸ ਹੈਜ਼ ਟੂ ਬੀ ਡਨ। ਨੰਬਰ 1 ਤਾਂ ਇਹ ਹੈ, ਫਿਰ ਉਸ ਤੋਂ ਬਾਅਦ ਵੀ ਹੈਵ ਟੂ ਸੀ ਕਿ ਕਿੰਨਾ ਇਹ ਸਟੋਰ ਕਿੱਥੇ ਹੋਊਗਾ, ਇਹਦੀ ਯੂਟੀਲਾਈਜੇਸ਼ਨ ਕੈਸੇ ਹੋਣੀ ਹੈ। ਹੁਣ ਅਸੀਂ ਐਕਸਪੈਕਟ ਕਰਦੇ ਹਾਂ ਕਿ ਰਫਲੀ 182 ਲੱਖ ਟਨ ਝੋਨਾ ਆ ਰਿਹਾ, ਉਹਦਾ ਮਤਲਬ 200 ਲੱਖ ਟਨਸ ਵਿਲ ਬੀ ਦ ਪਰਾਲੀ। ਉਹਨੂੰ ਕੀ ਕਰਾਂਗੇ ਅਸੀਂ, ਅਗਰ ਤੁਸੀਂ ਫੂਕ ਨਹੀਂ ਸਕਦੇ ਤਾਂ ਸਟੋਰ ਕਿੱਥੇ ਕਰੋਗੇ, ਇੰਨੀ ਤਾਂ ਜਗ੍ਹਾ ਵੀ ਨਹੀਂ, ਆਪਣੇ ਖੇਤਾਂ 'ਚ ਰੱਖੋਗੇ ਫਿਰ ਤੁਸੀਂ ਕਣਕ ਕੈਸੇ ਬੀਜੋਗੇ। ਸੋ ਇਟਸ ਅ ਵੈਰੀ ਕੰਪਲੀਕੇਟਿਡ ਇਸ਼ੂ। ਅਸੀਂ ਵੀ ਦੇਖ ਰਹੇ ਹਾਂ ਕਿ ਹਾਓ ਬੈਸਟ ਇਹਨੂੰ ਇਸਤੇਮਾਲ ਕਰ ਸਕੀਏ, ਮੇ ਬੀ ਪਾਵਰ ਜਨਰੇਸ਼ਨ ਦੇ ਵਿੱਚ ਜਾਂ ਕਿਸੇ ਹੋਰ ਤਰੀਕੇ ਨਾਲ ਫਰਟੀਲਾਈਜ਼ਰ ਬਣਾਉਣਾ ਸਮਥਿੰਗ, ਇਸ ਸਕੀਮ ਦੀ ਸੋਚ ਰਹੇ ਹਾਂ, ਹਾਲੇ ਨਥਿੰਗ ਫਾਈਨਲ। ਤੋ ਕੀ ਕਰੀਏ ਅਸੀਂ ਫਿਰ, ਦੱਸੋ। ਆਈ ਡੋਨਟ ਨੋ ਵਾਈ ਇਜ਼ ਨੋਟ ਹੈਪੀ, ਆਰ ਯੂ ਅਨਹੈਪੀ? ਵੀ ਆਰ ਆਲ ਹੈਪੀ, ਵੀ ਆਰ ਆਲ ਹੈਪੀ। ਮੈਂ ਤੁਹਾਨੂੰ ਕਹਿ ਚੁੱਕਿਆ, ਵੀ ਵਿਲ ਫਰੋਮ ਦੀ ਡੇਟ ਜਿੱਥੋਂ ਅਨਾਊਂਸਮੈਂਟ ਕੀਤੀ ਹੈ, ਵੀ ਵਿਲ ਕਵਰ ਇਟ। ਕਿਆ ਬਦਲਾਖੋਰੀ? ਆਈ ਹੈਵ ਸੀਨ ਦਿਸ ਔਨ ਫੇਸਬੁੱਕ ਓਨਲੀ ਯੈਸਟਰਡੇ ਬੰਬੇ ਦੇ ਵਿੱਚ ਕਿ ਕੋਰਟ ਨੇ ਫੈਸਲਾ ਕੀਤਾ ਹੈ। ਵੀ ਆਰ ਨੋਟ ਇਨਵੋਲਵਡ ਇਨ ਐਨੀ ਵੇ, ਇਟ ਇਜ਼ ਅ ਕੋਰਟ ਡਿਸੀਜਨ। ਇਹ ਤਾਂ ਹੁਣ ਸ਼ੂਗਰ, ਆਈ ਡੋਂਟ ਨੋ ਵਟ ਕਿਹੜਾ ਮਿਲ ਚਾਲੂ ਕਰਾਉਣਗੇ, ਦਿਸ ਇਜ਼ ਦੀ ਸ਼ੂਗਰ ਇੰਡਸਟਰੀ ਨਾਲ ਹੁਣ ਦੇਖਾਂਗੇ। ਹਾਲੇ ਚਾਲੂ ਨਹੀਂ ਹੋਏ, ਹੋਣਗੇ ਚਾਲੂ, ਬਟ ਵਿੱਚ ਕਿਹੜਾ ਮਿਲ ਕਰ ਰਹੇ ਹਾਂ ਕਿਹੜਾ ਨਹੀਂ ਕਰ ਰਹੇ ਉਹ ਮੈਂ ਫਿਰ ਦੱਸਾਂਗਾ। ਵਾਟ ਇਜ਼ ਇਟ? ਕਿਆ ਚੀਜ਼? ਦੇਖੋ ਕੱਲ੍ਹ ਡੀ ਜੀ ਪੀ ਲਾਸਟ ਨਾਈਟ ਪਹਿਲੀ ਚੀਜ਼ ਮੈਂ ਜੋ ਕੀਤੀ ਸੀ, ਸਾਰੇ ਸਾਡੇ ਜ਼ੋਨਲ ਆਈ ਜੀ ਸਾਰੇ ਆਏ ਹੋਏ ਸੀ, ਐਂਡ ਜੋ ਅੰਕੜੇ ਨੇ ਅੰਕੜੇ ਆਰ ਕੰਟਰੀ ਟੂ ਜੋ ਲਿਖਿਆ ਜਾ ਰਿਹਾ ਅਖਬਾਰਾਂ 'ਚ, ਇੰਨੇ ਜਿੰਨੇ ਪਹਿਲਾਂ ਸੀ ਉਸ ਤੋਂ ਬਹੁਤ ਘੱਟ ਨੇ ਇੰਸਟੈਂਸਿਸ, ਲੇਕਿਨ ਮੈਂ ਇਸ ਨੂੰ ਵੀ ਸਮਝਦਾ ਕਿ ਇੰਸਟੈਂਸ ਨਹੀਂ ਹੋਣੇ ਚਾਹੀਦੇ, ਔਰ ਮੈਂ ਡੀ ਜੀ ਪੀ ਨੂੰ ਕਿਹਾ ਕਿ ਸਾਰੇ ਆਪਣੇ ਜ਼ੋਨਲ ਚੀਫਸ ਨੂੰ ਬੁਲਾ ਕੇ ਇਸ ਨੂੰ ਸਖਤੀ ਆਪਾਂ ਨੂੰ ਕਰਨੀ ਪਊ ਜਿੱਥੇ ਵੀ। ਹੂ ਹੈਜ਼ ਸਟੌਪਡ ਐਨੀ? ਦੇਖੋ ਇੱਕ ਗੱਲ ਯੂ ਮਸਟ ਅੰਡਰਸਟੈਂਡ, ਜਦੋਂ ਕੋਈ ਗੱਲ ਇਨਵੈਸਟੀਗੇਟ ਹੋ ਰਹੀ ਹੈ ਵੀ ਕਾਂਟ ਗਿਵ ਇਨਫੋਰਮੇਸ਼ਨ ਆਊਟ।
ਗੈਂਗਸਟਰ ਹੈ ਜੀ ਕਿ ਟੈਰਰਿਸਟ ਸਰ ਪੀਪਲ ਵਾਂਟ ਟੂ ਨੋ ਕਿ ਹੋ ਕੀ ਰਿਹਾ ਤੇ ਪਤਾ ਲੱਗਦਾ ਨਹੀਂ ਹੈ ਜੀ ਅੱਛਾ ਵੀ ਆਰ ਆਲਸੋ ਟੂ ਇੰਪਰੂਵ ਅਪਾਨ ਦਿਸ ਦੇਰ ਇਜ਼ ਸਾਡੀ ਕੈਬਨਿਟ ਦੀ ਸਬ ਕਮੇਟੀ ਬੈਠੀ ਹੈ ਫੋਰ ਇੰਟਰੋਡਕਸ਼ਨ ਆਫ ਪਕੋਕਾ ਆਈ ਨੋ ਦੈਟ ਵਾਂਸ ਦੈਟ ਕਮੇਟੀ ਗਿਵਸ ਇਟਸ ਰਿਪੋਰਟ ਅਸੀਂ ਪਕੋਕਾ ਲਿਆਵਾਂਗੇ ਵਿੱਚ ਸਖਤੀ ਨਾਲ ਇਸ ਲਾਅ ਐਂਡ ਆਰਡਰ ਨੂੰ ਡੀਲ ਕਰੇਗੀ ਉਹ ਮੈਂ ਪੜ੍ਹ ਲਿਆ ਮੈਂ ਜਵਾਬ ਹੀ ਦਿੱਤਾ ਕਰੋ 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 ਰਿਵੋਲਟ ਕੋਈ ਪ੍ਰੋਬਲਮ ਨਹੀਂ ਨੋ ਪ੍ਰੋਬਲਮ ਸੁਖਪਾਲ ਸਿੰਘ ਖਹਿਰੇ ਦਾ ਕਾਂਗਰਸ ਨਾਲ ਕਿਆ ਕਨੈਕਸ਼ਨ ਹੈ ਨੰਬਰ ਵਨ ਯੂ ਟੈਲ ਮੀ ਸੋ ਇਹੀ ਇਹ ਸੁਖਪਾਲ ਸਿੰਘ ਖਹਿਰਾ ਤਾਂ ਰੋਜ਼ ਬੋਲੀ ਜਾਂਦਾ ਹੁਣ ਆਪ ਵਿਚਾਰਾ ਫਸਿਆ ਹੋਇਆ ਹੈ ਤੋ ਹੀ ਇਜ਼ ਨਾਓ ਰਨਿੰਗ ਅਰਾਊਂਡ ਇਨ ਸਰਕਲਸ ਇਹ ਇਹ ਅੱਛਾ ਸਾਡੇ ਤੇ ਮੈਂ ਬੰਬੇ ਪੜਿਆ ਕਿ ਅਮਰਿੰਦਰ ਸਿੰਘ ਦੀ ਗਵਰਨਮੈਂਟ ਸਾਡੇ ਤੇ ਅਮਰਿੰਦਰ ਸਿੰਘ ਗਵਰਨਮੈਂਟ ਹੈਜ਼ ਗੋਟ ਨਥਿੰਗ ਟੂ ਡੂ ਵਿਦ ਇਟ ਇਹ ਸਾਰਾ ਕੁਝ ਜਿਹੜਾ ਕੁਝ ਹੋਇਆ ਹੈ ਇਟ ਇਜ਼ ਸਮ ਦ ਕੋਰਟਸ ਓਨ ਡਿਸੀਜਨ ਜੋ ਕੋਈ ਪੁਰਾਣੀ ਜਜਮੈਂਟ ਦੇ ਬੇਸਿਸ ਤੇ ਕੈਪਟਨ ਸਾਹਿਬ ਕਾਰ ਵੇਲੇ ਚੋਣਾਂ ਨੂੰ ਲੈ ਕੇ ਮੋਰ ਫੰਡਸ ਫॉर ਪੰਜਾਬ ਕਾਉਂਸਲਰ ਨੇ ਕਾਂਗਰਸ ਪਲੀਟੀਸ਼ਨ ਪਾਈ ਹੈ ਸਟੇ ਹੋ ਜਾਏਗਾ ਨਹੀਂ ਹੋਈ ਸਟੇ ਜੀ ਨਹੀਂ ਹੋਈ ਸਟੇ ਟੁਵਰਡਸ ਪੰਜਾਬ ਨਹੀਂ ਹੋਇਆ ਸਟੇ ਵਨ ਮਿੰਟ ਸੈਂਟਰਸ ਰੋਲ ਵੈਨ ਇਟ ਕਮਸ ਟੂ ਰਿਲੀਜ਼ਿੰਗ ਫੰਡਸ ਫॉर ਪੰਜਾਬ ਵੈਨ ਯੂ ਗੋ देयर ਐਂਡ ਮੀਟ ਦ ਸੈਂਟਰਲ ਮਿਨਿਸਟਰ ਇਵਨ ਦ ਪ੍ਰਾਈਮ ਮਿਨਿਸਟਰ ਵਾਟ ਇਜ਼ देयर ਐਟੀਟਿਊਡ ਟੁਵਰਡਸ ਪੰਜਾਬ ਐਂਡ ਵੀ ਹੈਵ ਨੋ ਪ੍ਰੋਬਲਮ ਐਕਚੁਅਲੀ ਆਈ ਹੈਵ ਸੈਡ ਦਿਸ ਮੈਨੀ ਟਾਈਮਸ ਮੈਂ ਕਹਿ ਚੁੱਕਿਆ ਹਾਂ ਬੋਥ ਦ ਫਾਈਨੈਂਸ ਮਿਨਿਸਟਰ ਹੈਜ਼ ਲੁਕਡ ਐਟ ਅਸ ਵੈਰੀ ਸਿੰਪਥੈਟਿਕਲੀ ਪ੍ਰਾਈਮ ਮਿਨਿਸਟਰ ਹੈਜ਼ ਲੁਕਡ ਐਟ ਅਸ ਜਿਹੜੇ ਵੀ ਮਹਿਕਮੇ ਨੇ ਉਹ ਸਾਨੂੰ ਦੇਰ ਇਜ਼ ਐਟ ਦੈਟ ਲੈਵਲ ਦੈਰ ਇਜ਼ ਨੋ ਪ੍ਰੋਬਲਮ ਨਾਈਦਰ ਡਿਊਰਿੰਗ ਆਰ ਟਾਈਮ ਡਾਕਟਰ ਮਨਮੋਹਨ ਸਿੰਘ ਜੀ ਵੈਂਟ ਆਊਟ ਆਫ ਇਜ਼ ਵੇ ਟੂ ਅਸਿਸਟ ਦੀ ਓਪੋਜੀਸ਼ਨ ਐਂਡ ਟੂਡੇ ਆਲਸੋ ਦੇ ਆਰ ਗਿਵਿੰਗ ਅਸ ਫੁੱਲ ਸਪੋਰਟ ਸਰ ਪੰਜਾਬ ਦੇ ਪਿਛਲੇ ਕੁਝ ਸਮੇਂ ਤੋਂ ਇੱਕ ਤੋਂ ਬਾਅਦ ਇੱਕ ਹਿੰਦੂ ਲੀਡਰ ਮਾਰਾ ਜਾ ਰਿਹਾ ਟਾਰਗੇਟ ਕੀਤਾ ਜਾ ਰਿਹਾ ਮੈਂ ਤੁਹਾਨੂੰ ਹੁਣੇ ਕਹਿ ਰਿਹਾ ਕਿ ਜਿਹੜੇ ਇਸ ਨੂੰ ਪੱਕੋਕਾ ਲਿਆਣਾ ਚਾਹੁੰਦੇ ਅਸੀਂ ਦੈਟ ਦੀਸ ਥਿੰਗਸ ਡੂ ਨਾਟ ਹੈਪਨ ਲੇਕਿਨ ਇਹ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਹੁਣ ਵਾਕਿਆਤ ਹੋਇਆ ਇੱਕ ਪਰਸੋਂ ਚੌਥੇ ਇਹ ਤਾਂ ਇਟ ਇਜ਼ ਸਮਥਿੰਗ ਟੂ ਡੂ ਵਿਥ ਅੰਮ੍ਰਿਤਸਰ ਵਿੱਚ ਉਹ ਤਾਂ ਲੋਕਲ ਇਹਨਾਂ ਦੀ ਦੇਵਰ ਸਮਥਿੰਗ ਟੂ ਡੂ ਵਿਥ ਦੀ ਵਾਟ ਇਜ਼ ਦਿਸ ਥਿੰਗ ਕਾਲ ਦਿਸ ਜਿੱਥੇ ਲੋਟਰੀ ਬਿਜ਼ਨਸ ਔਰ ਸਮਥਿੰਗ ਸਰ ਇੱਕ ਜਿਹੜਾ ਨੇ ਕਿ ਪੰਜਾਬ ਪੁਲਿਸ ਕਹਿੰਦੀ ਹੈ ਕਿ ਗੈਂਗਸਟਰ ਨੇ ਤੇ ਪੰਜਾਬ ਸਰਕਾਰ ਦੇ ਲੀਡਰਸ ਕਹਿੰਦੇ ਨੇ ਕਿ ਟੈਰਰਿਜ਼ਮ ਹੈ ਇਟਸ ਕਾਈਂਡਲੀ ਇਹ ਕੰਟਰਡਿਕਟ ਕਿਉਂ ਹੈ ਕਿ ਸਰਕਾਰ ਤੇ ਪੁਲਿਸ ਦੇ ਵਿੱਚ ਕੋਆਰਡੀਨੇਸ਼ਨ ਨੋ 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 ਤੁਹਾਡਾ ਖਿਆਲ ਹੁਣ ਪਾਕਿਸਤਾਨ ਚੁੱਪ ਬੈਠੂਗਾ ਉਹਦਾ ਕੋਸ਼ਿਸ਼ ਪੂਰੀ ਕਰੂਗਾ ਗੜਬੜ ਕਰਨ ਦੀ ਲੇਕਿਨ ਅਸੀਂ ਤਾਂ ਨਹੀਂ ਹੁਣ ਦੇਣੀ ਇੱਥੇ ਦੈਟ ਇਜ਼ ਵਾਟ ਹੀ ਮੀਨਸ ਬਾਈ ਟੈਰਰਿਜ਼ਮ ਸਰ ਇਹਨਾਂ ਦੀ ਇੱਕ ਡਿਮਾਂਡ ਹੈ ਜੀ ਸਰ ਪੀਆਈਐਲ ਦਿੱਲੀ ਦੇ ਵਿੱਚ ਪਾਈ ਹੋਈ ਹੈ ਅੱਛਾ ਤੁਹਾਡੀ ਡਿਮਾਂਡ ਪਹਿਲਾਂ ਦੱਸ ਸਕਦੇ ਬੰਦ ਕਰੋ ਆਫ ਦੀ ਰਿਕਾਰਡ ਬੰਦ ਕਰੋ ਹੋਰ ਕੋਈ ਬੰਦ ਕਰੋ ਬੰਦ ਕਰੋ ਇਹਨਾਂ ਦੀ ਸਰ ਡਿਮਾਂਡ ਹੈ ਜੀ ਇਹ ਪ੍ਰੈਸ ਕਲੱਬ ਚਾਹੁੰਦੇ ਨੇ ਬਹਾਉਣੀ ਅਫਸਰ ਟਾਈਮ ਲੈ ਟਾਕ ਟੂ ਦੇ ਅਫਸਰ ਕੋਈ ਬਿਲਡਿੰਗ ਸਾਡੇ ਕੋਲ ਨਹੀਂ ਹੈ 15 ਇਹ ਕੋਠੀ ਸਰ ਖਾਲੀ ਹੈ ਅਸੀਂ ਤੁਹਾਨੂੰ ਦੇ ਰਹੇ ਹਾਂ ਜਿਹੜਾ ਤੁਹਾਡਾ ਆਪਣਾ ਪ੍ਰੈਸ ਕਲੱਬ ਹੈ ਉਹਦੇ ਵਾਸਤੇ ਐਕਸਪੈਂਸ਼ਨ ਵਾਸਤੇ ਮੈਂ ਡਿਪਟੀ ਕਮਿਸ਼ਨਰ ਨੂੰ ਕਿਹਾ ਕੋਈ ਪਲਾਨ ਬਣਾਓ ਆਊਟ ਆਫ ਮਾਈ ਡਿਸਕਸ਼ਨ ਫੰਡਸ ਆਈ ਵਿਲ ਗਿਵ ਸਰ ਕਰੈਕਟ ਮੈਂ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪਿਛਲੇ ਸਮੇਂ ਤੋਂ ਅਟੈਕ ਹੋ ਰਹੇ ਨੇ ਇਹਨਾਂ ਨੂੰ ਘੱਟ ਗਿਣਤੀ ਜਿਹੜੀ ਕਮਿਊਨਿਟੀ ਆ ਉਸਦੇ ਵਿੱਚ ਇਹਨਾਂ ਨੂੰ ਮਤਲਬ ਮੰਨਣਾ ਚਾਹੀਦਾ ਜੇ ਕੋਈ ਪਾਰਟੀ ਉਸ ਤਰੀਕੇ ਆਉਂਦਾ ਹੈ ਤਾਂ ਤੁਹਾਡੀ ਸਰਕਾਰ ਕਿਉਂ ਵੀ ਹੈਵ ਨਾਟ ਸੀਨ ਇਟ ਆਈ ਹੈਵ ਨਾਟ ਸੀਨ ਇਟ ਮੈਨੇ ਮੇਰੇ ਕੋਲ ਇੱਕ ਮਿੰਟ ਰੁਕ ਜਾਓ ਚੱਕਿਓ ਚੱਕਿਓ ਮੜਾ